بسم الله الرحمن الرحيم اللهم كن لوليك الحجة ابن الحسن صلواتك عليه وعلى آبائه في هذه الساعة وفي كل ساعة من ساعات الليل والنهار وليا وحافظا وقائدا وناصرا ودليلا واهنا تسكنه وارزقته عن وتمتعه فيها طويلا يا رب محمد وآل محمد وعجل فرج آل محمد اللهم صل على محمد وآل محمد صلوات باواز بلند باواز بلند صلواتی تقریب فرماؤ نعرہ تکبیر نعرہ رسالت نعرہ حیدری بلند تر صلوات دعائے نعرہ دا صدقہ مالک تساں سارے مومناں دی عبادت قبول فرمائے مالک بھائیاں دا اہتمام قبول فرمائے بھائی وزیر نو مالک دیاں پتراں بھیڑاں بھیڑاں خاندان سنگت ساتھ نال مالک وسدا رکھے جتنے قدم چل کے تشریف گھنائے ہو مالک تہانوں ایک ایک قدم دے بدلے کربلا او شام دا زوار بناوے اللہ سارے حقیقی وارث سرکار دا جلد ظہور فرمائے انہاں دعاواں دی قبولیت واسطے مل کے صلوات پڑھو أعوذ بالله من الشيطان الرجيم بسم الله الرحمن الرحيم او يتيم دي شادي پڑھدا جاندی عمر ای تہراں سالے جاندے سہرے ترٹ دے دہدی رئی ماں کھول کے سر دے والے جڑی آدھی آئی میں تا جمن تائی نائے لہایا میں کی لوٹ پائے گئی واہ واہ آگئی اسی سمجھ میں کیا پڑھنا چاہنا ہوں ایک مائے تیرہ سالاں دا پوریا بیٹھے سامنے تی ماں بیٹھی آدھی ہے جی میں جوانی چڑھدا پیا ہوں وطن ہوں دا تیرا بابا جیندہ ہوندہ تیرا سہرہ پوایا بنرہ بنایا تیری بنری گھر آویا نوہ گھر آوین تا دل خوش ہوندن ایا گل خیمے دے باروں کھڑ کے میرے مولا حسین سنیے بھر جائی دی میں شادی دے جملے نہ پڑھا جے میں کربلا گیا ہویا نہ ہوندم یا ڈھیر سارے زوار نہ بیٹھے ہوندے جڑی شاہ کربلا آئے چھے میں اوہ کھڑا پڑھنا ہوں رومر تا کربلا نے کوئے بیٹھے ہو نا کالے کپڑے اس واسطے پہتی بیٹھے ہو جو کربلا ہے حسین لٹا گئے نا جیڑا میڈیکل نمانے اللہ دے وے رزق تیاری چکر ہے اگلے محرم تے دھیاں بہنہ کی دی ونجے نال کربلا خیمہ گاچ ونجے مردن دا داخلہ ہوں خیمہ چھ بندے دھیاں کو پٹھے خیمہ چھ دیکھا کیا کہے جیڑیاں بیبیاں ولدین ماتم کر کے آدین اجاں تہیں سیر ہی پائین پاگی پئیے مہندی پئیے بسم اللہ خلا اوہ کربلا سنے نا جڑی کربلا ہے کہ میں خیمہ دا چکر ودے لینے ہیں نا تے بھر جائی دی گل سنی نے سدھے آلیہ حسین دے گھر ہیں آلیہ جی حسین آج میں کو بیوہ بھر جائی دی حسرت روا چھوڑے آدھی بیٹھی ہی تیرا بابا جیندہ ہوئے آ تیری شادی کرے آ
ਬੀਬੀ ਆਦੀ ਮੈਂ ਤਾਂ ਕੱਢਾਂ ਦੀ ਜੋੜੀਆਂ ਜੋ ਮੈਂ ਆਖਾਂ ਯਤੀਮ ਦੀ ਸ਼ਾਦੀ ਕਰ, ਤੁਹਾਡੀਆਂ ਮਜਬੂਰੀਆਂ ਜੋ ਵੇਲ ਨਹੀਂ ਦੇਣੀਆਂ। ਗਰੀਬ ਆਦੇ ਅਗਰ ਅੱਜ ਮੈਂ ਭਤਰੀਜੇ ਦੀ ਸ਼ਾਦੀ ਕਰਾਂ ਤਾਂ ਮੇਰਾ ਸਾਥ ਦੇਸੋ। ਬੀਬੀ ਆਦੀ ਘਬਰਾ ਨਹੀਂ, ਬਨਰੀ ਦੀਆਂ ਪੋਸ਼ਾਕਾਂ ਦੇਸਾਂ, ਬਨਰੀ ਦੇ ਜ਼ੇਵਾਰੀ ਦੇਸਾਂ। ਮਰਹੂਮ ਸੁਲਤਾਨ ਬਾਬੇ ਸਾਬਿਰ ਸ਼ਾਹਣੀ ਦੇ ਦਰਜਾਤ ਬੁਲੰਦ ਹੋਵੇ, ਇੱਕ ਲਫ਼ਜ਼ ਆਦੇ ਹੁੰਦੇ ਹਨ, ਬੀਬੀ ਆਦੀਏ ਸੋਨੇ ਦੇ ਹੀ ਹਨ, ਚਾਂਦੀ ਦੇ ਹੀ ਹਨ। ਜੇ ਸੋਨੇ ਚਾਂਦੀ ਦੇ ਮੁੱਖ ਗਏ ਤਾਂ ਕੁਝ ਕੱਲ ਦੀ ਗੇ ਰਲੇ ਰਲੇ ਚਾ ਪੈਸੋ। ਵਾਹ 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 ਵਾਹ। ਮੈਂ ਬਿਸਮਿਲ੍ਲਾ ਕਰਾਂ ਜੀ, ਮੈਂ ਨੌਕਰ ਬਿਸਮਿਲ੍ਲਾ ਕਰਾਂ। ਕੁਝ ਸਾਡੇ ਰਲੇ ਲੋਹੇ ਦੇ ਪੈਸੇ, ਮਹਿੰਦੀ ਹੈ, ਪੌਸ਼ਾਕਾਂ ਹੀ ਹਨ। ਇਹ ਭੈਣ ਨਾਲ ਗੱਲ ਕਰਕੇ ਨਾ ਟੁਰੇ ਆਪਣੇ ਘਰ। ਅਕਬਰ ਦੀ ਮਾਂ ਜੀ ਮੇਰੇ ਵਾਰਿਸ, ਦਸਤੂਰੇ ਜ਼ਮਾਨਾ ਬਨਰੇ ਪੌਸ਼ਾਕਾਂ ਪਹਿਨਣ, ਸਾਵਰੇ ਬੂਹੇ ਕੋਈ ਪੌਸ਼ਾਕ ਹੈ। ਬੀਬੀ ਆਦੀ ਇਹ ਕੱਪੜਾ ਤਾਂ ਹੈ ਤਿਆਰ ਨਹੀਂ, ਗਰੀਬ ਆਦਿ ਘਿੰਨਾ ਮੈਂ ਆਪ ਤਿਆਰ ਕਰੇ ਨਾ। ਕੋਟ ਲਿਆ ਲਿਓ ਮੇਰੀ ਸੈਣ ਕੱਪੜਾ ਦਿੱਤੇ ਸ਼ਬੀਰ ਨੇ, ਉਹ ਕੱਪੜੇ ਦੇ ਦੋ ਤਾਹ ਬਣਾਏ, ਦਰਮਿਆਨ ਚੋਂ ਚਾਕ ਕੀਤੇ ਜਿਹੜੀ ਜਾ ਸੀਨੇ ਤੇ ਆਵਣੀ ਆਈ ਉੱਥੇ ਲਿਖਿਆ ਇੰਨਾ ਲੀਲਾ ਹੇ ਵਾ ਇੰਨਾ ਇਲਾਹ ਰਾਜੇ ਹੋਣ। ਵੱਧ ਸ਼ਬੀਰ ਨੇ ਤਾਹ ਕਰਕੇ ਨਾ ਇਹ ਇੰਜ ਰੱਖੀਂਦੇ ਜਿਵੇਂ ਕਫਨ ਰੱਖੀਂਦੇ। ਵੱਧ ਤੁਰਨ ਆਲੀਆ ਤੁਸਾਂ ਮਸਤੂਰਾਂ ਹੀ ਸਮਣ ਕਰੋ, ਮੈਂ ਮਰਦਾਂ 'ਚ ਅਗਤ ਪੜਦਾ। ਹੁਸੈਨ ਬਨਰਾ ਬਣਾਏ, ਇਹਦੀ ਵਜ਼ਾਤ ਸਾਹਿਬ ਕਿਤਾਬ ਨੇ ਲਿਖੀ ਹੈ, ਮਜਾਲਿਸ ਮੁੰਤਜ਼ਰੀਨ ਵਾਲੇ। ਮੈਂ ਗੱਲ ਇਸ ਵਾਸਤੇ ਖੜਾ ਕਰਦਾ, ਮੈਂ ਤੁਹਾਡੇ ਕੋਲ ਜ਼ਿਆਦਾ ਪੜ੍ਹਾ ਲਿਖਾ ਨਹੀਂ, ਮੈਂ ਬੰਦਾ ਟੁਰ ਵੰਦਨ ਬਾਅਦ ਵਿੱਚ ਗੱਲਾਂ ਥੀਂਦੀਆਂ ਵੀ ਇੱਕ ਰਾਤ ਜੋ ਇਮਾਮ ਕੋ ਪਤਾ ਆਈ, ਇੱਕ ਰਾਤ ਆਈ ਇਮਾਮ ਸ਼ਾਦੀ ਕਿਉਂ ਕਰਦਾ, ਉਨਾ ਹੀ ਕਿਉਂ ਦੀ ਵਜ੍ਹਾ ਲਿਖੀ ਹੈ ਵੀ ਇਮਾਮ ਸਿਹਰਾ ਕਿਉਂ ਪਵਾਇਆ, ਬਨਰਾ ਕਿਉਂ ਬਣਾਇਆ। ਅਰਬ ਦਾ ਰਿਵਾਜ ਆਈ ਜਿਹੜਾ ਤਰਫਾਇਨ ਤੋਂ ਜੰਗ ਹੋਇਆ, ਦੋ ਤਰਫਾ ਜੰਗ, ਕਬੀਲਿਆਂ ਦੀ ਜਾਦੋ ਬਾਦਸ਼ਾਹ ਦੀ, ਕਾਹੇ ਹੀ ਕਬੀਲੇ ਦੀ ਛੋਟੀ ਜਾਂ ਵੱਡੀ ਮਸਤੂਰ ਜੇਕਰ ਆ ਵਣੇ ਹਾਂ ਤਲਵਾਰਾਂ ਰੋਕ ਦਿੰਦੇ ਹਨ, ਜਾਂ ਕੋਈ ਯਤੀਮ ਸਿਹਰੇ ਪਾ ਕੇ। ਕਿਤਾਬ ਵਿੱਚ ਰਿਵਾਜ ਖੜਾ ਪੜ੍ਹਦਾ, ਜਾਂ ਕੋਈ ਯਤੀਮ ਸਿਹਰੇ ਪਾ ਕੇ ਨਾ ਅਗਰ ਦਰਮਿਆਨ ਚ ਆ ਵਣੇ ਆ ਤਲਵਾਰਾਂ ਰੋਕ ਦਿੰਦੇ, ਰਾਤ ਦਿਨ ਯਾਰ ਖਤਮ ਕਰੋ ਜੰਗ, ਯਤੀਮ ਏ ਸਿਹਰੇ ਪਾਤੀ ਆਉਂਦੇ। ਇਹ ਹੁਸੈਨ ਨਹਿਨ ਚਾਹੁੰਦੇ ਜੋ ਮੇਰਾ ਬਾਗ ਉਜੜੇ। ਡਾਵੀਂ ਦੇ ਨੀ ਮੈਦਾਨ 'ਚ ਛੋਟੀ ਜਾਂ ਵੱਡੀ ਬਤੂਲ ਆਈ ਹੈ ਜਾਂ ਨਹੀਂ ਆਈ, ਜਿਹੜਾ ਬਾਬਾ ਕੋਹਿੰਦਾ ਪਿਆ ਇਸ ਮਾਸੂਮਾਂ ਆਈਏ, ਉਹਨਾਂ ਕੋਈ ਹਯਾ ਨਹੀਂ ਕੀਤਾ। ਇਹ ਵਾਸਤੇ ਹੁਸੈਨ ਕਾਸਿਮ ਕੋ ਬਨਰਾ ਬਣਾਏ, ਮੱਤਾਂ ਇਹਦੇ ਸਿਹਰਾਂ ਦਾ ਹਯਾ ਅੱਛਾ ਕਰੇ। ਆਲੀਆ ਤੁਸਾਂ ਮਸਤੂਰਾਂ 'ਚ ਸਮਣ ਕਰੋ, ਮੈਂ ਮਰਦਾਂ 'ਚ ਅਗਤ ਪੜਦਾ। ਮੇਰੀ ਸੈਣੀ ਮੈਂ ਤਲੀਆਂ ਟੇਕ ਕੇ ਉੱਠੀ, ਦਈ ਆਦੀ ਯਕੀਨ ਵਹਿੰਦੀ ਆਦੀ ਮੈਂ ਕਾਂਢਾ ਦੇਂਦੀ ਹਾਂ, ਮੇਰੇ ਯਤੀਮ ਦੀ ਸ਼ਾਦੀ ਹੈ। ਬਜ਼ੁਰਗ ਪੜ੍ਹਦੇ ਹਨ, ਹਿੱਕ ਹਿੱਕ ਖੈਮੇ ਫਿਜ਼ਾ ਦਾਈ ਵਧੀ ਕਾਂਢਾ ਫੇਰੇ, ਜਲਦੀ ਆਓ ਅਤੇ ਦੇਰ ਨਾ ਲਾਓ, ਆਓ ਹਸਨ ਰਜ਼ਾ ਦੇ ਵਿਹੜੇ, ਜੋੜ ਕੇ ਬਨਰਾ ਕਾਸਿਮ ਕੋ ਅੱਜ ਚਾਚਾ ਪੈਂਦੇ ਸੇਰੇ, ਹਿਨ ਸਵਣ ਸਗਨ ਅੱਲਾ ਰਾਸੀ ਦੇ ਜ਼ਰਾ ਆਵੋ ਥੀ ਤਿਖੇਰੇ। ਕੱਚਿਆ ਲਿਓ ਸੁਣ ਕੇ ਗਾਲ ਫਿਜ਼ਾ ਦੀ, ਯਾਰੋ ਮਿਲ ਸਾ ਦਾਨੀਆਂ ਆਈਆਂ, ਹਰ ਇੱਕ ਬੀਬੀ ਵਾਰੋ ਵਾਰੀ ਆਣ ਕੇ ਵੇਲਾਂ ਪਾਈਆਂ, ਆਦਾ ਰਾਵੀ ਹੈਰਾਨ ਖੜੇ ਡੂ ਸ਼ਾਹ ਮੁਸਲਿਮ ਦੀਆਂ ਜਾਈਆਂ, ਵੀ ਆ ਇੱਕ ਬੀਬੀ ਦੀ ਵੇਲ ਨਹੀਂ ਕਾਈ ਉਹ ਕੂਫੇ ਦੀਦਾ ਲਾਈਆਂ, ਰੋ ਰੋ ਖੜੀਆ ਦੀ ਮਾਂ ਕੋ ਅੱਜ ਲੁੜੀਂਦੇ ਆਵੇ ਮੇਰੇ ਲਾਲਾਂ ਦੀ ਜੋੜੀ, ਮਾਂ ਕੋ ਅੱਜ ਲੁੜੀਂਦੇ ਆਵੇ ਉਹ ਮੇਰੇ ਪਰਦੇਸੀ ਬਚੜੇ। ਸਾਰੀਆਂ ਬੀਬੀਆਂ ਸੰਭਾਲੀਆਂ ਹੋ ਗਈਆਂ ਹੁਣ, ਜਿਨ੍ਹਾਂ ਦੇ ਵਿਰਾਵਾਂ ਦੀਆਂ ਸ਼ਾਦੀਆਂ ਤਿਆਰ ਹਨ, ਮੈਂ ਸੈਯਦਾਂ ਹੁਸੈਨ ਦਾ ਜ਼ਾਕਰੀਆਂ ਦਵਾਰੀਆਂ ਦੁਆ ਪਿਆ ਕਰੇ ਨਾ ਚੇਲਮ ਦੇ ਬਾਦਸ਼ਾਹ ਵਿਰਾਵਾਂ ਦੇ ਪੱਲੋ ਬੰਧਨ, ਵਿਰਾਵਾਂ ਕੋ ਮਹਿੰਦੀ ਲਾਵੇ ਨਾ ਮੈਂ ਦੱਸੇ ਨਾ ਜੋ ਕਾਸਿਮ ਕਿਵੇਂ ਲਈਏ। ਮਹਿੰਦੀ ਤਿਆਰ ਕਰਨੀ ਪਾਉਂਦੀ ਹੈ ਪਾਣੀ ਨਾਲ, ਜੇ ਪਾਣੀ ਹੋਵੇ ਆ ਤਾਂ ਅਲੀ ਅਸਗਰ ਕੋ ਨਾ ਪਿਲਾਏ ਨਾ, ਮੇਰੀ ਸੈਨ ਚਾਹੀਏ ਮਹਿੰਦੀ। ਬਜ਼ੁਰਗ ਪੜ੍ਹਦੇ ਹਨ, ਵੱਖਰੇ ਖੇਮੇ ਵੰਜ ਬੈਠੀ ਬੀਬੀ ਜੋੜ ਕੇ ਸ਼ਕਲ ਨਿਮਾਣੀ, ਆਖਣ ਲੱਗੀਏ ਅੱਖੀਆਂ ਕੋ ਬੀਬੀ ਆਲੀ ਅਜ਼ਹਰਾ ਸਾਨੀ,
ਇੱਕ ਲਾਜ਼ਾ ਅੱਜ ਵਸ ਪੋਵੋ ਬਖੂ ਅੱਜ ਲੁਣੀ ਦੇ ਪਾਣੀ ਕਿਉਂ ਜੋ ਮਹਿੰਦੀ ਕਾਸਿਮ ਬਨਰੇ ਖੂੰ ਅੱਜ ਲਹਿੰਦੀ ਹੈ ਫੁੱਫੀ ਨਿਮਾਣੀ। ਮੈਂ ਸਦਕੇ ਤੀਵਾਂ, ਮੈਂ ਨੌਕਰ ਹਾਂ, ਮੈਂ ਲੱਖ ਦਫ਼ਾ ਜਵਾਨੀ ਮਾਣੇ, ਮੈਂ ਲੱਖ ਦਫ਼ਾ ਖਾਂ ਵੱਖਰੇ ਖੈਮੇ ਵੰਨ ਬੈਠੀ ਬੀਬੀ ਜੋੜ ਕੇ ਸ਼ਕਲ ਨਿਮਾਣੀ। ਆਖਣ ਲੱਗੀਏ ਅੱਖੀਆਂ ਕੂੰ ਬੀਬੀ ਆਲੀਆ ਜ਼ਹਰਾ ਸੋਨੀ, ਆਦੀਏ ਹਿਕਲਾ ਦਾ ਤੁਸਾਂ ਵਸ ਪੋਵੋ ਮੈਂ ਕੋ ਅੱਜ ਲੁੜੀਂਦਾ ਪਾਣੀ ਕਿਉਂ ਜੋ ਮਹਿੰਦੀ ਕਾਸਿਮ ਬਨਰੇ ਕੂੰ ਅੱਜ ਲਹਿੰਦੀ ਹੈ ਫੁੱਫੀ ਨਿਮਾਣੀ। ਮੇਰੀ ਸੈਣ ਅੱਖੀਆਂ ਤੋਂ ਪਾਣੀ ਮੰਗੇ, ਅੱਖੀਆਂ ਇਤਨਾ ਪਾਣੀ ਦਿੱਤਾ ਯਤੀਮ ਦੀ ਮਹਿੰਦੀ ਤਿਆਰ ਹੋ ਗਈ ਹੈ। ਕਾਸਿਮ ਮਹਿੰਦੀ ਲਈ ਬੀਬੀਆਂ ਵਹਿਣ ਕੀਤੇ, ਮਹਿੰਦੀਆਂ 'ਚ ਵਹਿਣ ਹੁੰਦੇ ਪਤਾ ਨਹੀਂ ਕੀ ਹੋ ਜੇ ਮਹਿੰਦੀ ਅਤੇ ਕੀ ਹੋ ਜੇ ਸ਼ਾਦੀ ਆਈ। ਬਨਰਾ ਪੌਸ਼ਾਕ ਪਹਿਨਦੇ ਅਤੇ ਬੀਬੀਆਂ ਵਹਿਣ ਕਰਦੀਆਂ। ਰਾਵੀ ਗਮ ਦੇ ਲਿਖਦੇ ਗਏ ਯਾਰੋ ਵਿੱਚ ਅਖਬਾਰ ਦੇ ਇਵੇਂ, ਸ਼ਾਹ ਪੌਸ਼ਾਕ ਬੰਨੇ ਕੋ ਪਈ ਯਾਰੋ ਕਫਨ ਪਵੀਂਦੇ ਜਿਵੇਂ, ਚੁੰਮ ਪਹਿਚਾਨੀ ਬਛੜੇ ਦੀ ਵੱਲ ਸ਼ਾਹ ਫਰਮਾਇਆ ਇਵੇਂ, ਉਸਲ ਤਾਂ ਮਿਲਸੀਆ ਨਾਲ ਲਹੂ ਦੇ ਮੇਰਾ ਬਛੜਾ ਸਾਬਿਰ ਥੀਵੇਂ। ਪੌਸ਼ਾਕ ਪਵਈ ਜਿਸ 'ਤੇ ਲਿਖਿਆ ਹੋਇਆ ਇੰਨਾ ਲਿਲਾਹ ਵਾ ਇੰਨਾ ਇਲਾਹੇ ਰਾਜੇ ਹੋਣ, ਜਿਹਦੇ ਪੁੱਤਰ ਦੀ ਸ਼ਾਦੀ ਹੋਵੇ ਨਾ ਬਜ਼ੁਰਗ ਦਾਦੇ ਬਾਬੇ ਚਾਚੇ ਮਾਮੇ ਅਮਾਮੇ ਬੰਦੇ ਦਿਨ ਬੀਬੀ ਆਦੀ ਆਓ ਸਰਦਾਰ ਮੇਰੇ ਪੁੱਤਰ ਕੋ ਅਮਾਮਾ ਬਧਾਓ। ਏਡੂ ਅਮਾਮੇ ਤਾਂ ਹਨ ਜਿਹੜੇ ਹੁਸੈਨ ਔਖੇ ਬਧੇ ਹਨ, ਇੱਕ ਅਲੀ ਅਕਬਰ ਦਾ ਮਾਮਾ ਇੱਕ ਅਮੀਰ ਕਾਸਿਮ ਦਾ ਮਾਮਾ, ਅਰਾ ਵਿੱਚ ਗੋਲ ਅਮਾਮਾ ਬਣੀਂਦਾ ਹੀ ਹੁਸੈਨ ਇੱਕ ਪੱਲੋਂ ਵਧਾ ਕੇ ਰੱਖੇ, ਪੇਚ ਵਲੈਂਦੇ ਆਇਨ ਪੇਚ ਵਲੈਂਦੇ ਆਇਨ ਆਖਰੀ ਪੇਚ ਵਲਾ ਕੇ ਫਰਮੈਂਦਨ ਭਰ ਜਾਈ ਜੇ ਆਖੋ ਤਾਂ ਪੱਗ ਪੂਰੀ ਕਰਾਂ। ਬੀਬੀ ਆਦੀਆ ਜਿਵੇਂ ਮਰਜ਼ੀ ਆਵੀ ਜਿਹੜਾ ਪੱਲੋਂ ਲੰਬਾ ਹੀ ਹੁਸੈਨ ਬਛੜੇ ਦੀ ਤਾਤਰ ਹਨਕ ਵਾਲਾ ਹੀ ਹੈ ਤੇ ਪੜਿਆ ਇੰਨਾ ਲਿਲਾਹ ਵਾ ਇੰਨਾ ਇਲਾਹੇ ਰਾਜੇ ਓਨ, ਬੀਬੀਆਂ ਦੇ ਵਹਿਣ ਆਇਨ ਹਾਏ ਜਵਾਨੀ ਬਰਬਾਦ ਮਦੀਨਾ, ਹਾਏ ਕਾਸਿਮ ਹਾਏ ਯਤੀਮੀ। ਮਾਂ ਗਿਣ ਗਈ ਅਲੈਦਾ ਅਲੈਦਾ ਖੈਮੇ, ਕਾਸਿਮ ਤੇਰਾ ਬਾਬਾ ਹੋਵੇ ਜੀਂਦਾ, ਕਹਿ ਦੀ ਲੋੜ ਨਹੀਂ, ਆਪ ਪਿਆ ਟੋਰਿਆ। ਮੈਂ ਇਮਾਮ ਦੀ ਨੂੰਹ ਹਾਂ, ਇਮਾਮ ਦਾ ਹਰਮ ਹਾਂ, ਇਮਾਮ ਦੀ ਭਰਜਾਈ ਹਾਂ, ਇਮਾਮ ਦੀ ਚਾਚੀ ਅਤੇ ਦਾਦੀ ਹਾਂ, ਸਭ ਕੁਝ ਜਾਣਦੀ ਹਾਂ। ਕੱਲ੍ਹ ਦੀ ਉਭਰਨੇ ਅਤੇ ਲੁੱਟ ਪਾਏ ਵੱਜਣੀ ਹੈ, ਉਹ ਮੈਂ ਸਦਕਾ ਥੀ ਹੈ ਦੇ ਬਦਲੇ ਮੈਂ ਡਾਲਾ ਇਹਨਾਂ ਕੋਈ ਇੱਕ ਦਫ਼ਾ ਕਰਬਲਾ ਜ਼ਰੂਰ ਲਿਖਾਂ। ਅਲੀ ਅਕਬਰ ਦੀ ਮਾਂ ਜਾਂ ਪੁੱਤਰ ਤਿਆਰ ਕਰੇਂਦੀ ਪਈ ਹੋਵੇ ਤੇਰੀ ਲਾਸ਼ ਆਵੇ, ਆਦੇ ਅੰਮਾ ਇਵੇਂ ਹੋ ਸੀ ਦੀ ਉਭਰੇ ਦੀ ਉਭਰਦਾ ਪਿਆ। ਉਮਰ ਇਬਨ ਸਾਦ ਦੇ ਕਮੀਨੇ ਪਹਿਲਾ ਤੀਰ ਮਾਰੇ ਹੁਸੈਨ ਦੇ ਖੈਮੇ 'ਚ, ਤੀਰ ਦਾ ਲੱਗਣਾ ਹਾ ਕੋਟ ਲਿਆ ਲਿਓ ਬਾਗ ਤੇ ਲੁੱਟ ਪੈ ਗਈ ਹੈ। ਕਈ ਵੇਲੇ ਕਹਿ ਮਹਿਮਾਨ ਦੀ ਲਾਸ਼, ਕਈ ਵੇਲੇ ਕਹਿੰਦਾ ਜਨਾਜ਼ਾ, ਕਈ ਵੇਲੇ ਕਹਿੰਦੀ ਲਾਸ਼। ਅਲੀ ਅਕਬਰ ਕੋ ਪਿਓ ਤਿਆਰ ਕੀਤਾ ਤਾਤਲ ਹਨਕੀ ਵਲਾਈ, ਕਫਾ ਨਹੀਂ ਪਵਾਇਆ ਘੋੜੇ ਤੇ ਚੜਾਇਆ। ਕਾਸਿਮ ਦੀ ਮਾਂ ਦੀ ਡਿੱਠੀ ਉਹ ਤਾਂ ਟੁਰਾ ਨਹੀਂ ਵਹਿੰਦਾ, ਯਤੀਮ ਟੁਰ ਪਏ ਨਾਲ ਆਖੜੇ ਇਨ ਹੱਥ ਬਦਨ, ਚਾਚਾ ਚਾਚਾ ਮੇਰੇ ਦੇਖੋ ਨਾ, ਚਾਚਾ ਅਲੀ ਅਕਬਰ ਕੋ ਨਾ ਟੋਰੋ, ਚਾਚਾ ਭਿਰਾ ਭਿਰਾਵਾਂ ਦੀ ਕਮਰ ਦਾ ਜ਼ੋਰ ਆਉਂਦੇ, ਇਹਦੇ ਵੰਨਾਂ ਨਾਲ ਤਾਂ ਸੱਜਾਦ ਦੀ ਕਮਰ ਟੁੱਟ ਵੰਜਣਾ ਹੈ। ਚਾਚਾ ਪੁੱਤਰ ਪਿਓਾਂ ਦੀਆਂ ਅੱਖਾਂ ਦਾ ਨੂਰ ਆਉਂਦੇ ਨੇ, ਇਹਦੇ ਵੰਨਣ ਨਾਲ ਤੁਹਾਡੀ ਬਿਨਾਈ ਮੁੱਖ ਵੰਜਣਾ ਹੈ। ਚਾਚਾ ਮੈਂ ਯਤੀਮ ਹਾਂ, ਮੇਰੇ ਵੰਨਣ ਨਾਲ ਨਾ ਕਹਿੰਦੀ ਕਮਰ ਟੁੱਟਣੀ ਹੈ, ਮੇਰੇ ਵੰਨਣ ਨਾਲ ਨਾ ਕਹਿੰਦੀ ਬਿਨਾਈ ਮੁੱਕਣੀ ਹੈ। ਇਹ ਕੁ ਲਹਾਓ ਮੈਂ ਕੁ ਚੜਾਓ, ਮੇਰੇ ਇਮਾਮ ਪੁੱਤਰ ਦਾ ਮੂੰਹ ਚੁੰਮ ਕੇ ਫਰਮਾਉਂਦੇ ਨੇ, ਉਹਦੇ ਵੰਨਣ ਨਾਲ ਇੱਕ ਘਰ ਬਰਬਾਦ ਥੀਂਦੇ, ਤੇਰੇ ਵੰਨਣ ਨਾਲ ਮੇਰੇ ਦੋ ਘਰ ਉਜੜਦੇ। ਜਵਾਨੀ ਮਾਲੋ ਬਿਸਮਿਲ੍ਲਾ। ਅਲੀ ਅਕਬਰ ਦੇ ਵੰਨਣ ਨਾਲ ਇੱਕ ਘਰ ਬਰਬਾਦ ਥੀਂਦੇ, ਤੇਰੇ ਵੰਨਣ ਨਾਲ ਦੋ ਘਰ ਬਰਬਾਦ ਹੋ ਸਨ। ਚੁੱਪ ਕਰਕੇ ਯਤੀਮ ਹੀ ਵੱਲ ਪਏ ਅਲੀ ਅਕਬਰ ਗਿਆ ਤੇ ਲਾਸ਼ ਆਈ ਤੇ ਮਾਂ ਦੇ ਵਹਿਣ ਬੁਲੰਦ ਥੈਨ, ਬੀਬੀਆਂ ਦੀ ਉਹ ਸੁਣੇ ਨਹੀਂ ਉਹਦੀ ਮਾਂ ਦੇ ਵਹਿਣ। ਅੰਮਾ ਮੈਂ ਗਈਆਂ ਮੈਂ ਕੁਆਦਾ ਹੀ, ਤੇਰੇ ਵੰਨਣ ਨਾਲ ਮੇਰੇ ਦੋ ਘਰ ਬਰਬਾਦ ਹੁੰਦੇ। ਮੇਰੀ ਸਹਿਣ ਕੋ ਵੇਲਾ ਇੱਕ ਯਾਦ ਆਏ ਜਦਾਂ ਇਮਾਮ ਹਸਨ ਦਾ ਆਖਰੀ ਟਾਈਮ ਹੀ ਨਾ, ਫਰਮਾਇਆ ਨੇ ਕਾਸਿਮ ਦੀ ਮਾਂ ਕਾਗਜ਼ ਕਲਮ ਦਵਾਤ ਗੀਨਾ,
कागज कलम दवात मेरे इमाम ने खत लिखाई बशकल तावीज बंद किया इन फरमाया कासिम नी मां कासिम दे बाजू नाल बन करबला दे मैदान अगर कोई मुश्किल होवी ना ये तावीज खोल के हुसैन को देवे ये मेरी सैन को है ना वेला याद ते पुत्र दे बाजू च खोले तावीज तावीज चाके टुरी उन्हें जिनते अकबर दी मौत दा मुक्का होया बैठा क्यों भर जाई खैर तह बीबी अदी अमान संभाल मेरी मेरे इमाम ने तावीज खोले ना उनको अकबर दी मौत भूल गई है त्रै दफा के सहायो मेरा जहर नाल कुठा होया वीर त्रै दफा का सहायो मेरा मसूम वीर हायो मेरा गरीब वीर हायो मेरा जहर नाल कुठा होया वीर लिखा होया आई हुसैन करबला दे मैदान जितना औखा ही होवे मेरे पुत्र को बनरा बनावे भावे ही लहजे दाई होवे थड़ा सा भर क्या दिन रतो का बड़ा ही खना अगली सत्र ते लिखा होया ही जलाली अकबर को टोरे रोके मेरा ही नहीं भरजाई वनो तैयारी कराओ मैं को मोए भिरा दिया यादा ताजिया आन कराया वे मेरी सैन नाल इशारा समझे इमाम दा बानी शरीयत वनो तू इजाजत घिंदो जड़ी तेरे सांगे बैठी है मेरी सैन पुत्र को पास नाल लाए जिथा थोड़ी देर दी परनी नौ बैठी आई कासिम खड़ गए नाल मेरी सैन जमीन तली के बैठी मरेंदी मेरा अल्लाह जंदा पेका सावरा घर बर्बाद थी वनी ओला रासरी किन वेदी मेरा अल्लाह मेरा पेका घर उजड़ गए सावरा बचदा नहीं मेरा अल्लाह मैं किन वन्या जंदा कोई ना होए मेरी सहनी में सर चुमे ते फरमा दिए मेरी धी उत्ता ते देखना इवें डिठे तो नाल कासिम रोंदा खड़ा कासिम को रोंदा देख क्या दिए तू क्यों रोंदा है लुट्टी तो मैं गई हाँ लुट्टी मैं हाँ रोंदा तू है कासिम आदे मेरे अच्छा बाबा वादा रोंदे मैं को मौत दी इजाजत इशारा कर क्या दिए वंज मेरी निभ वैसी नाल आके घिने मौला इजाजत मिल गई तैयार हो गए अब्बास जी सरदार घोड़ा घीना खेमे कासिम को मैं आप सवार करे सू अलमा वाला घोड़ा तो घीने ते हाथ मान क्या दे मौला देखो ना अजा था 13 साल माँ औखा पाले जवानी होन पिया चढ़ दे मौला इको टुरें दियो ते मैं जरनेल मौजूद हाँ इको जुमला फरमाया ने तय को टोरा तब हेड़ किन घिन वा तय को टोरा त धियाँ खिन खिन वा अब्बास तय वन मजा भेण दिया चादर लह वन मौला देखो ना 13 साल का बच्चा है उन्हों ताजे पानी पी पी के पयान ये त्रै दिन का तस है कच्ची आलो बड़ा नाजनीन पुत्र वे बड़े माम बड़ा नाजनीन पुत्र तेरे रोमन दे दादे जुमला आखा करो किताबों के मुताले मैं अलमैन दे दरमियान खड़ा ये इतना नाजनीन पुत्र ही मरी सैन दा 13 साल तक ही को खाना माँ खवेंदी रही कासिम खाना खावे अब माँ निवाला तैयार करके कासिम को खवाए ये वास्ते तगादी आदे मौला मैं वेंगा मौला मैं जरनेल जो मौजूद हाँ शबीर फरमेंदन जरनेल मरी वन्यन फौज दे हौसले मुख वेंदन कासिम वजने लिख दे गए रावी गम दे किताबां दे विचाले तैयार जदा जंग दो थिया हसन दलाले माँ कमर बधाई ते खड़ी पेच संभाले अमड़ी ने आ रकाब नपी खोल के वाले अदिया माँ चढ़ावी सैयद दादे नहीं भर जाई हट वंजो मैं चढ़े साई पहला शहीद करबला दा दो यो जन शहीद भाई हिन जन रकाबा कहनी नपियां चा के बलाए हुसैन एक भेण दे पुत्र एक हसन दा यतीम इतना सनहा कासिम दा शाहजीन ते आप बलाया इवें तुरे आए कासिम जंग दो जिवें मैयत बाहर आया
ਜਿਵੇਂ ਕਿ ਘਾਰੀ ਚੋਂ ਜਵਾਨ ਦਾ ਜਨਾਜ਼ਾ ਟੁਰੇ, ਜੈ ਵੇਲੇ ਕਾਸਮ ਸਵਾਰ ਹੋ ਕੇ ਨਾ ਤੇ ਖੈਮੇ 'ਚ ਘੋੜਾ ਟੋਰੇ ਤੇ ਵਹਿਣ ਆਏ ਨਹਾਏ ਜਵਾਨੀ। ਅਲਾਮਾ ਗੁਲਾਮ ਹੈਦਰ ਕੱਲੂ ਸਾਹਿਬ ਪੜ੍ਹਦੇ ਉਹਨਾਂ ਨੇ ਦੋ ਸ਼ਹੀਦ ਕਰਬਲਾ ਦੇ ਐਸੇ ਹਨ ਜਿਹੜੇ ਖੈਮੇ 'ਚੋਂ ਟੁਰੇ ਨੇ, ਪੱਥਰਾਂ ਦਾ ਮਾਤਮ ਹੋਏ, ਇੱਕ ਅਕਬਰ ਅਤੇ ਇੱਕ ਕਾਸਮ। ਜਦੋਂ ਲਾਸ਼ ਹੀ ਜਾਂ ਟੁਕੜੇ ਆਏ ਨੇ, ਵਾਤੀ ਪੱਥਰਾਂ ਦਾ ਮਾਤਮ ਹੋਇਆ ਹੈ। ਜਿਵੇਂ ਵੇਲੇ ਅਮੀਰ ਕਾਸਮ ਤੁਰਨ ਲੱਗੇ ਨਾ, ਬਿਆਬ ਮਛਲੀਆਂ ਨੂੰ ਬੀਬੀਆਂ ਤੜਪੀਆਂ, ਕੋਈ ਕਿੱਥੇ ਹੀ ਵੰਝਣੀ, ਕੋਈ ਕਿੱਥੇ ਹੀ ਜਣੀ। ਹੌਸਲਾ ਮਾਂ ਦਾ ਦੇਖੋ, ਪੁੱਤਰ ਟੁੱਟਦਾ ਪਏ, ਮਾਂ ਤਸਲੀਆਂ ਵਧੀ ਦਿੰਦੀ ਹੈ। ਉਹ ਮੈਂ ਸਦਕਾ ਥੀਵਾਂ, ਉਹ ਮੈਂ ਸਦਕਾ ਥੀਵਾਂ। ਆਦੀ ਜਿਹੜੀ ਸ਼ਾਇਦ ਸਦਕਾ ਕਰੋ ਵਤ ਰੋਵਣਾ ਨਹੀਂ, ਇਹ ਮਾਂ ਹੌਸਲ। ਇਹ ਗੱਲ ਦਾ ਮੁਹਰਮ ਦੀ ਰਾਤ ਮੁਅਜ਼ਮਾ ਸੈਣ ਆਲੀਆ ਸੈਣ ਹੀ ਪੁੱਤਰਾਂ ਨਾਲ ਕੀਤੀ ਹੈ। ਜਿਹੜਾ ਪੁੱਤਰਾਂ ਕੋ ਸਾਹਮਣੇ ਬੁਲਾਈ ਬੈਠੀ ਹੈ ਨਾ, ਆਉਣ ਤੇ ਮੁਹੰਮਦ ਕੋ, ਮੇਰੇ ਪੁੱਤਰ ਅੱਲਾ ਦੀ ਜ਼ਾਤ ਦਾ ਵਾਅਦਾ ਹੈ, ਅਗਰ ਕੋਈ ਸ਼ਖਸ ਤਕਲੀਫਾਂ 'ਚ ਮੁਸੀਬਤਾਂ 'ਚ ਕਹਿ ਇਹੋ ਜਿਹੀ ਮੁਸੀਬਤ 'ਚ ਵਿੜੀ ਵਣੇ ਨਾ, ਤਾਂ ਸਦਕਾ ਦਿਓ, ਤੁਹਾਡਾ ਮਾਮਾ ਹੁਸੈਨ ਦੁਸ਼ਮਣਾਂ 'ਚ ਵਿੜੀ ਗਏ, ਕੱਲ੍ਹ ਮੈਂ ਬਣਾਵਣੇ ਤੁਹਾ ਕੋ ਮਾਮੇ ਦਾ ਸਦਕਾ। ਵੈਸੋ ਕਰਬਲਾ ਦੇ ਮੈਦਾਨ 'ਚ ਅਗਰ ਦਰਿਆ ਤਈ ਪਹੁੰਚ ਵਣਾ ਹੈ, ਖਿਆਲ ਕਰਾਏ ਮਤ ਪਾਣੀ ਪਿਵਾਏ, ਜੇ ਤਈ ਮਾਮਾ ਨਾ ਪੀਵਣੇ। ਉਹ ਮੈਂ ਸਦਕਾ ਥੀਵਾਂ। ਇਵੇਂ ਬੀਬੀ ਤਸੱਲੀਆਂ ਦੇਂਦੀ ਰਹੀਏ। ਅਲਮਾ ਵਾਲਾ ਦੇ ਮੌਲਾ, ਬਿਹਤਰ ਤਹੇ ਲਹਾ ਗਿਨੋ ਘੋੜੇ ਤੋਂ, ਮੇਰੀ ਕਈ ਮੰਜ਼ਲ ਤੇ ਤੁਸਾਂ ਨਹੀਂ ਮੰਨੀ। ਮਦੀਨੇ 'ਚ ਟੁਰੇ ਹੋ, ਮੇਰੀ ਨਹੀਂ ਮੰਨੀ। ਇਹਰਾਮ ਖੋਲੇ ਨੂੰ ਮੇਰੀ ਨਹੀਂ ਮੰਨੀ। ਮੁਸਲਿਮ ਕੁੱਠੇ ਮੇਰੀ ਨਹੀਂ ਮੰਨੀ। ਜੋੜੀ ਕੁੱਠੀ ਹੈ ਮੇਰੀ ਨਹੀਂ ਮੰਨੀ। ਮੌਲਾ ਮੇਰੀ ਚੋਪੀ 'ਚ ਇਹੋ ਜਾਏ, ਸੋਹਣੇ ਜਵਾਨ ਨਮਰਾ। ਉਹ ਮੈਂ ਸਦਕੇ ਥੀਵਾਂ। ਹਾਂ ਨਾ ਲਾ ਕੇ ਫਰਮੈਂਦਨ, ਤੇਰੇ ਬਾਅਦ ਮੇਰੇ ਪਰਦਾਦਾਰ ਰੁਲ ਵੈਸਨ। ਵਾਂ ਟਿਬੇ ਤੇ ਨਾਲ ਵਾਂ ਕਾਸਿਮ ਕੋ ਜੰਗ ਦੇ ਤਰੀਕੇ ਦੱਸ ਕੇ ਨਾਲ ਲੜਾ ਨਹੀਂ, ਕਾਸਿਮ ਘਬਰਾਉਣਾ ਨਹੀਂ। ਅਲੀ ਦਾ ਪੋਤਰਾ ਹੈ, ਤਲਵਾਰ ਚਲਾ ਕੇ ਦੱਸਾ ਜੋ ਅਲੀ ਇਵੇਂ ਲੜਦਾ ਹੀ। ਇਵੇਂ ਜਨਾਬ ਕਾਸਿਮ ਮੈਦਾਨ ਹੀ ਚੈਨ, ਅਰਜ਼ਕ ਮਲਾਉਣ ਦੇ ਪੁੱਤਰ ਵਾਰੋ ਵਾਰੀ ਆਇਨ ਵਾਸਲ ਜਹੰਨਮ। ਇਹ ਕਮੀਨਾ ਬੜਾ ਤਜਰਬਾਕਾਰ ਜੰਗਾ ਵਾਰੀ, ਇਹ ਪੁੱਤਰਾਂ ਦਾ ਦਰਦ ਗਿਣ ਕੇ ਆਏ। ਇੱਕੋ ਆਂਦਾ ਡਿੱਠੇ ਹੁਸੈਨ ਦੀ ਪੱਗ ਲਹਿ ਗਈ ਹੈ, ਘਰ ਤੋਂ ਟੁਰੇ ਜਿੱਥਾ ਕਾਸਿਮ ਦੀ ਮਾਂ ਬੈਠੀ ਆਈ। ਬੀਬੀ ਆਦੀਏ ਮੈਡਮ ਮਰੀ ਗਏ ਤਾਂ ਤੁਸਾਂ ਨਾ ਰੋਵੋ, ਮੈਂ ਤਾਂ ਸਦਕਾ ਦਿੱਤਾ। ਗਰੀਬ ਆਦੇ ਨਹੀਂ ਹਾਲੇ ਲੱਥਾ ਨਹੀਂ। ਬੀਬੀ ਆਦੀਏ ਲੱਥਾ ਨਹੀਂ ਤਾਂ ਰੋਂਦੇ ਕਿਉਂ? ਗਰੀਬ ਆਦੇ ਜਿਹੜਾ ਆਂਦਾ ਪਏ, ਮੇਰੇ ਅੱਬਾਸ ਦੀ ਜ਼ਰੂਰਤ ਆਈ। ਗਾਦੀ ਆਦੇ ਅਜੇ ਹੀ ਵੇਲਾ ਆਈ, ਸਦ ਚਾ ਮੈਂ ਵਹਿਣਾ। ਭਰਜਾਈ ਨਾਨੇ ਬਾਦਸ਼ਾਹ ਫਰਮੈਂਦੇ ਆਇਨ, ਅਗਰ ਜ਼ਈਫਾ ਮਾਂ ਕਹਿ ਜਵਾਨ ਵਾਸਤੇ ਦੁਆ ਮੰਗੇ, ਅੱਲਾ ਰੱਦ ਨਹੀਂ ਕਰਦਾ, ਦੁਆ ਮੰਗ ਮੇਰੇ ਯਤੀਮ ਦੀ ਫਤਿਹ ਹੋਵੇ। ਜ਼ਈਫਾ ਮਾਂ ਮੁਸੱਲੇ ਤੇ ਆਈ, ਚਿੱਟੇ ਵਾਲ ਖੋਲੇਨ ਦੁਆ ਦੇ ਹੱਥ ਉਠਾਏਨ, ਮੇਰਾ ਅੱਲਾ ਮੇਰੇ ਚਿੱਟੇ ਵਾਲਾਂ ਦਾ ਵਾਸਤਾ ਹੀ, ਮੇਰਾ ਯਤੀਮ ਹੈ, ਮੇਰੇ ਚਿੱਟੇ ਵਾਲਾਂ ਦਾ ਵਾਸਤਾ ਹੀ, ਮੇਰੇ ਯਤੀਮ ਕੋ ਫਤਿਹ ਦੇ, ਮੇਰਾ ਯਤੀਮ ਹੈ, ਮੇਰੇ ਚਿੱਟੇ ਵਾਲਾਂ ਦਾ ਵਾਸਤਾ ਹੀ, ਮੇਰਾ ਯਤੀਮ। ਵਾਹੋ ਜਵਾਨੋ, ਵਾਹੋ ਜਵਾਨੋ। ਦੁਆ ਮੰਗੀਏ ਮੇਰਾ ਅੱਲਾ ਮੇਰੇ ਚਿੱਟੇ ਵਾਲਾਂ ਦਾ ਵਾਸਤਾ ਹੀ, ਮੇਰੇ ਯਤੀਮ ਕੋ ਫਤਿਹ ਦੇ, ਉਹਨੂੰ ਨਕਾਰੇ ਤੇ ਚੋਬ ਲੱਗੀ ਏ, ਹਸਨ ਦੇ ਯਤੀਮ ਦੀ ਫਤਿਹ ਹੋ ਗਈ ਏ। ਜ਼ਈਫਾ ਮਾਂ ਦੀ ਏ ਜਿਵੇਂ ਲੜਦਾ ਵਧੇ, ਅੱਜ ਬਾਬਾ ਹੋ ਗਿਆ ਜਿਵੇਂ ਲੜਦਾ ਵਧੇ, ਅੱਜ ਮਦੀਨਾ ਆਉਂਦਾ ਤਰੀ ਜੰਗ ਪਿਉ ਦੇਖਿਆ। ਅੱਲਾ ਗਵਾਏ ਲੜਦੀ ਜਾ ਤੇ ਹਿਕ ਹੱਕ ਲਈਏ, ਚਾਚਾ ਜਲਦੀ ਆ ਚਾਚਾ ਮਹਿਲਾਂ ਦਾ ਪੀਆ, ਯਤੀਮ ਨਵਾਜ਼ ਯਤੀਮ ਸਮਝ ਕੇ ਮਦਦ, ਯਤੀਮ ਕੁਆਵਨ ਤੇ ਕੁਵਾਸ ਤੇ ਅਕਬਰ ਅਸਗਰ ਦਾ ਮਰੀ ਤਹਿਤ ਲਹਿਨਾ ਕੇ ਬਲਾਵਨ। ਤੁਹਾਡੇ ਕੋਲ ਹੀ ਮਾਫੀ ਪਿਆ ਮੰਗਣਾ, ਪਰਦੇ ਵਾਲੀਆਂ ਮਾਵਾਂ ਭੈਣਾਂ ਤੋਂ ਹੀ ਮਾਫੀ, ਕਾਸਮ ਦੀ ਹੱਕ ਲਈਏ ਮੇਰੇ ਫਸ ਗਏ ਨਾ ਪਏ।
रका पावे छे मैं को घोड़े तो पलावन पामाल ना थी हाय गरीबी जवानिया मानो जवानिया मारो जी बिस्मिल्लाह जवानिया हुई मैं नौ करा आदे चाचा मेरे फस गन पर और बाविच मैं को गोले तुआ पामाल न थी वे तुरा तबाऊ उबाल आए किथे तुरदे आयन किथे भजदे आयन अल्लाह गवाह है शबीर दे आवर तो पहले होया क्या हा? शबीर दे पहुंचाए तू पहले भाज गया नला सते घोड़े आदर रावी कासम दे यारो नहन सलामत जो हौसला भाई जवानी माने मगता लाए कासम नजर नहीं आंदा हकल मारी एस कासम चाचा गुलें दई हर पासू आवाज आई है चाचा बिस्मिल्ला इनू आवाज आई है चाचा बिस्मिल्ला मेरे इमाम किवे चुनिए लाश आवा लहाई ए जमीन ते विछाई किथों कली किथों गुंचा किथों बार्ग मेरे इमाम डिठा एक जवान है चेहरे ते नकाबे कासम दा टुकड़ा चा के पहले चुमदा है वल अखा ते ला के चादर ते रखदा है सैयदा दे कोले गरीब ते मिंत लावण आला ओ जवान दा वेड़ा ते दा वीर हसन हा चनवी रोनी आया छोड़ के मैं बकिया को वदा चुनदा हाय हुसैन हाय गरीबी हाय जवानी तेडा वीर हसन चनवी रोन आया छोड़ के मैं बकिया को गरीबा दे वदा चुनदा अल्लाह राजी दी मैं लाश दे हर आला को कुछ लभ दे हिले कई नहीं लभ दे यो खा गई दल दभिरा को जे खैमे घिन गियो शाला कहीं दे तेरा सालां दे न टुरेन तेरा सालां दा जनाजा होए चार पई दी लोड़ी होंदी है चार बंदे चैन मरवन्या जुमले नपना गुल संभाले करके चारे पल्लू हुसैन मिलाएन इन इन वत इन चाहे ते हाल लाए आसमान दो दे क्या दे हुण ते राजी हुण शहरां वाले वदा चैना शबीर चाह के घर आए बनरे दी मां पूछे मेरे वफा नहीं की थी या दफन कर आए शबीर गंदी जमीन ते रखिए हकल मार के आदे जे दफन दे काबिल लाश होंदी आंदा बन विच माए दफनाए नहीं कोई हिस्सा साबित मिलिया बहु फिरिया विच सहाराए कोल जिस्म गरीब दाद मिलिया बाकी बन गई खा कशिफाए यो कासिम है हौसला भाई हौसला जवानी मानो मेरा कासिम आ गए आओ भर जाई बचला वाल लई
ਬਜ਼ੁਰਗ ਪੜਦੇ ਆਏ ਜਿਵੇਂ ਸੈਂਕੜੇ ਮੀਲਾਂ ਦਾ ਥੱਕਾ ਹੋਇਆ ਮੁਸਾਫਿਰ ਕਈ ਵੇਲੇ ਸਹੀ ਕੱਢਦਾ ਹੈ ਕਈ ਵੇਲੇ ਟੁਰਦਾ ਹੈ ਤੁਰੀ ਆਪਣੇ ਖੈਮੇ ਦੇ ਅੰਦਰੋਂ ਹੈ ਕਾਸਿਮ ਦੇ ਆਂਦਿਆਂ ਤਾਈਂ ਕਈ ਜਾਈ ਤੇ ਬੈਠੀਏ ਤੇ ਉੱਠੀਏ ਪੁੱਤਰ ਦੀ ਲਾਜ ਤੇ ਆਈਏ ਪਤਾ ਨਹੀਂ ਪਵਾਂ ਨੇ ਹੋ ਜਾਂ ਸਿਰਾਂ ਨੇ ਹੋ ਇੱਕ ਟੁਕੜਾ ਚਾਇਸ ਚੁੰਮ ਕੇ ਅੱਖਾਂ ਤੇ ਲਾ ਕੇ ਰੱਖੈਸ ਵੀ ਆ ਚਾਇਸ ਆਲੀ ਆਦੀਏ ਭਰਜਾਈ ਕਿਆ ਬੈਠੀ ਕਰੈਣੀ ਹੈ ਰੋ ਕੇ ਆਦੀਏ ਬੈਠੀ ਬਰ ਗੁਗੁਲੈਂਦੀਆਂ ਚਿਹਰੇ ਦੇ ਮੂੰਹ ਪੁੱਤਰ ਦਾ ਚੁੰਮਦੀ ਹਾਮੀ ਪਰ ਨਹੀਂ ਲੱਭਦੇ ਔਖਾ ਵੈਣੇ ਮੈਂ ਪੜ ਗਿਆ ਤੇਰੀ ਮੁਕਾਨ ਹੋਵੇ ਸੀ ਰੁਨੇ ਪਹਿਲੇ ਹੀ ਬਾਈ ਬੈਠੇ ਹੋ ਬੀਬੀ ਆਦੀਏ ਨਹੀਂ ਲੱਭਦਾ ਹੱਥ ਗਾਣ ਵਾਲਾ ਕਿਹੜਾ ਜ਼ੁਲਮ ਕਮਾ ਖੋਲੀ ਮੇਰੀ ਨੂੰਹ ਕੋ ਆਖੋ ਆਓ ਵਾਰਿਸ ਆ ਗਈ ਆ ਵਾਰਿਸ ਕੋ ਮਿਲ ਕਿਆਮਤ ਦਾ ਮੰਜ਼ਰ ਆਈ ਜਦਾ ਬਨਰੀ ਲਾਸ਼ ਤੇ ਆਈ ਕੋਈ ਟੁਕੜਾ ਚਾਹੀਦੀ ਹੈ ਸ਼ਾਲਾ ਕਹਿੰਦੀਆਂ ਧੀਆਂ ਬੇਮੌਸਮੇ ਕਾਲੇ ਕੱਪੜੇ ਨਾ ਪਾਵੇਂ ਇਵੇਂ ਕਾਲੀ ਪੋਸ਼ਾਕ ਘਿਨਈਏ ਬਨਰੇ ਦੀ ਮਾਂ ਹਾਂ ਮੇਰੀ ਲੁੱਟੀ ਹੋਈ ਧੀ ਪੋਸ਼ਾਕ ਚਾ ਕੇ ਕਾਸ਼ਮ ਦੇ ਟੁਕੜਾ ਤੇ ਰੱਖੇ ਆਦੀਏ ਤੇਰੀ ਮਾਂ ਘਿਨ ਆਈਏ ਕਾਲੇ ਕੱਪੜੇ ਦੱਸ ਪਾਵਾਂਯਾ ਨਾ ਪਾਵਾਂ ਤੇਰੀਆਂ ਫੁੱਫੀਆਂ ਲੈਣੀਆਂ ਖੂਨ ਦੀ ਮਹਿੰਦੀ ਦੱਸ ਲਾਵਾਂਯਾ ਨਾ ਜਵਾਨੀ ਮਾਣੇ ਬਾਈ ਜਵਾਨੀ ਮਾਣੇ ਬਿਸਮਿਲਾ ਖਰਾਂ ਇੱਕ ਵੀ ਆਬਾਂ ਦੀ ਫੜੀ ਆਵਾਂ ਬਿਸਮਿਲਾ ਕਈ ਵੇਲੇ ਪੈਰ ਦਾ ਟੁਕੜਾ ਚਾਇਸ ਰੋਂਦੀ ਹੈ ਇਹੋ ਜਿਹੀਆਂ ਵੈਣ ਕੀਤੇ ਸਖੈਮਾਂ ਦੀਆਂ ਕਨਾਤਾਂ ਹਲੀਆਂ ਬਨਰੀ ਮੂੰਹ ਤੇ ਮਾਤਮ ਕਰਕੇ ਕਾਸ਼ਮ ਦੀ ਗਨੜੀ ਦੇ ਪਾਸੇ ਦੇ ਕੇ ਮੇਰੀ ਸੈਨਾ ਦੀ ਤੈ ਕੋ ਸਾਰੇ ਹੱਕ ਬਖਸ਼ੇ ਦੀਆਂ ਮਨ ਮੈਦਾਈਓ ਸਵਾਲ ਸਦ ਮਾਰ ਕੇ ਆ ਖਚਾਮੜੀ ਕੋ ਘਿੰਨੇ ਸਾਵਰਾ ਮਾ ਸੰਭਾਲ ਦੋ ਦੋਰ ਜਮਨੀ ਇੱਕ ਮੁਦਰੀ ਹੈ ਉਹ ਬੈ ਕੱਪੜੇ ਨ ਲਾਵਾਂ ਮਾਤਮ ਕਰੋ ਗਰੀਬ ਦਾ ਸੁਣਾਵਾਂ ਵੈਣ ਮਰਸੀਏ ਦੇ ਰੰਗ ਚ ਆਦੀ ਬੈਠੀਏ ਉੱਠੀ ਜਾਗਵੇ ਸ਼ੇਰਿਆਂ ਵਾਲਿਆ ਬੜੇ ਹੌਸਲੇ ਨਾਲ ਟੁਕੜੇ ਚੁੰਮਦੀ ਏ ਹੱਥ ਰੱਖ ਕੇ ਆਦੀ ਬੈਠੀਏ ਉੱਠੀ ਜਾਗਵੇ ਸ਼ੇਰਿਆਂ ਵਾਲਿਆ ਕੋਈ ਖੈਰ ਦੀ ਖਬਰ ਸੁਣਾਵੇ ਹਾ ਤੇਰੇ ਸਿਹਰੇ ਖਾ ਕੇ ਚ ਰਲ ਗਏ ਤੋਂ ਗਾਣਾ ਵਾਪਸ ਲਾਵੇ ਇਹੋ ਜਿਹੀਆਂ ਵੈਣ ਕੀਤੇ ਪਤਾ ਨਹੀਂ ਆਸਮਾਨ ਕਿਉਂ ਨਹੀਂ ਜ਼ਮੀਨ ਤੇ ਆਇਆ ਕਾਸ਼ਮ ਦੇ ਟੁਕੜੇ ਚਾ ਕੇ ਰੋ ਕੇ ਬੈਠੀ ਆਦੀਏ ਬੋਲ ਜਵਾਬ ਦੇ ਕੋਈ ਜਵਾਬ ਨਹੀਂ ਆਇਆ ਚਾਚੇ ਜਾਇਆ ਇਹ ਕੁਦਰਤ ਦੇ ਫੈਸਲੇ ਨੇ ਗਰੀਬਾਂ ਤੇ ਅਮੀਰਾਂ ਦੇ ਰਿਸ਼ਤੇ ਹੋਵੇ ਨੇ ਤੂੰ ਅਮੀਰ ਦਾ ਪੁੱਤਰ ਜਾਗ ਤਾਂ ਸਹੀ ਤੈ ਕੋ ਮਿਲਣ ਗਰੀਬ ਦੀ ਧੀ ਆਈਏ ਮੇਰੇ ਪੇਕੇ ਸਾਵਰੇ ਮਾਰੇ ਗਏ ਜੀਵ ਜੀ ਬਈ ਜੀ ਜਵਾਨੀ ਮਾਣੇ ਤੂੰ ਅਮੀਰ ਦਾ ਪੁੱਤਰ ਜਾਗਤਾ ਸਹੀ ਤੈ ਕੋ ਮਿਲਣ ਗਰੀਬ ਦੀ ਧੀ ਆਈਏ ਮੇਰੇ ਪੇ ਜੀ ਬਈ ਜੀ ਬਈ ਜੀ ਜਵਾਨੀ ਮਾਣੇ ਤੂੰ ਅਮੀਰ ਦਾ ਪੁੱਤਰ ਜਾਗਤਾ ਸਹੀ ਤੈ ਕੋ ਮਿਲਣ ਗਰੀਬ ਦੀ ਧੀ ਆਈਏ ਮੇਰੇ ਪੇਕੇ ਸਾਵਰੇ ਮਾਰੇ ਗਏ ਤੈ
को मिलन फिरावा मोइये मैं को दसता सही मैं किन बनलाए कोई राह मैं को दिखलावे हा। हौसला भाई जवानी मानो जी जवानी मानो जनाबे हसन दीदी जनाबे सजा दहराम आइए भरजाई दवें सुनें भरजाई दगल चबा पाके रोके आदिए तेरे वीर दी नशल चो लख थी से मेरे वीर दी नशल ता मुक गई है इको लादा देख के घोड़े तो इंदी माँ दी कमर भी झुक गई ये कोई हाय 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 जी बिस्मिल्लाह जी जवानी होई जी जवानी होई तेरे वीर दी नसल चो लख थी से मेरे वीर दी नसल दा मुक गई है इको लादा देख के घोड़े तो इंदी मां दी कमर भी झुक गई है रोके दिए जे पुत्र होंदा अज कासिम दा उंदे सर ते पग बधवावे हा मातम हुसैन।